ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਕਈ ਪਿਛਲੇ ਗੱਲ ਕਰ ਲਈਏ, ਕਈ ਐਨਕਾਊਂਟਰ ਦੀ AGTF ਵੱਲੋਂ ਕਈ ਉਪਲਬਧੀਆਂ ਹਾਸਿਲ ਹੋਈਆਂ। ਲਗਾਤਾਰ ਪੰਜਾਬ ਪੁਲਿਸ ਵੱਲੋਂ ਇੱਕ ਰੋਡ ਮੈਪ ਦੇ ਚੱਲਦੇ ਕੰਮ ਕੀਤਾ ਜਾ ਰਿਹਾ, ਚਾਹੇ ਉਹ ਗੈਂਗਸਟਰ ਗਤੀਵਿਧੀਆਂ ਹੋਣ, ਚਾਹੇ ਉਹ ਨਸ਼ਾ ਤਸਕਰੀ ਹੋਣ, ਲਗਾਤਾਰ ਪੰਜਾਬ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ। ਸਾਡੇ ਨਾਲ ਸਪੈਸ਼ਲ DG ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਨੇ। ਸ਼ੁਕਲਾ ਸਰ, ਥੋੜ੍ਹੀ ਜਿਹੀ ਪਿਛਲੇ ਬੈਕਗ੍ਰਾਊਂਡ ਦੀ ਅਸੀਂ ਗੱਲ ਕਰ ਲਈਏ, ਕਿਸ ਤਰ੍ਹਾਂ ਤੁਸੀਂ ਵੇਖਦੇ ਹੋ AGTF ਬਣੀ, ਕਈ ਨਸ਼ਾ ਤਸਕਰ ਫੜੇ ਗਏ ਨੇ, ਕਈ ਤੁਸੀਂ ਡਾਟਾ ਜਿਹੜਾ ਦਿੱਤਾ, ਕਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਤੇ ਅੱਗੇ ਆਉਣ ਵਾਲੇ ਦਿਨਾਂ 'ਚ ਰੋਡ ਮੈਪ ਕੀ ਹੈ? ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਸਾਡੀ ਸਰਕਾਰ ਦੀ ਇੱਕ ਪ੍ਰਾਇਰਿਟੀ ਹੈ ਕਿ ਪੰਜਾਬ ਦੀ ਧਰਤੀ 'ਚੋਂ ਡਰੱਗਸ ਨੂੰ ਬਿਲਕੁਲ ਖਤਮ ਕੀਤਾ ਜਾਵੇ, ਗੈਂਗਸਟਰਿਜ਼ਮ ਬਿਲਕੁਲ ਖਤਮ ਕੀਤਾ ਜਾਵੇ, ਔਰ ਜਿਹੜੇ ਇਹ ਐਂਟੀ ਸੋਸ਼ਲ ਔਰ ਐਂਟੀ ਨੈਸ਼ਨਲ ਐਲੀਮੈਂਟਸ ਹੈ ਇਹਨਾਂ 'ਤੇ ਸ਼ਿਕੰਜਾ ਕੱਸਿਆ ਜਾਵੇ। ਸੋ ਇਸ ਇੱਕ ਜਿਹੜੀ ਸਾਡੀ ਫਿਲੋਸਫੀ ਹੈ, ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਕੰਮ ਕਰ ਰਹੀ ਹੈ। ਅਸੀਂ ਆਪਣੇ ਪਲਾਨਸ ਬਣਾਏ ਹੈ ਔਰ ਪਿਛਲੇ ਇੱਕ ਸਾਲ ਦੇ ਵਿੱਚ ਸੰਨ 2023 'ਚ ਸਾਨੂੰ ਕਾਫੀ ਵੱਡੀ ਸਫਲਤਾਵਾਂ ਵੀ ਮਿਲੀਆਂ ਨੇ, ਔਰ 40 ਦੇ ਕਰੀਬ ਸਾਡੇ ਐਨਕਾਊਂਟਰਸ ਹੋਏ ਜਿਹਦੇ ਵਿੱਚ 30 ਤੋਂ ਵੱਧ ਗੈਂਗਸਟਰਸ ਫਟੜ ਹੋਏ, 10 ਨਿਊਟਰਲਾਈਜ਼ ਕੀਤੇ ਗਏ। ਔਰ ਇਸੇ ਤਰ੍ਹਾਂ ਜਿਹੜਾ ਸਾਡਾ ਮੇਨ ਫੋਕਸ ਡਰੱਗਸ ਦੇ ਉੱਤੇ ਵੀ ਹੈ, ਡਰੱਗਸ ਦੇ ਵਿੱਚ ਜਿਹੜੀ ਸਾਡੀ ਪਿਛਲੇ ਸਾਲ ਹੀਰੋਇਨ ਦੀ ਰਿਕਵਰੀ ਰਹੀ ਹੈ ਉਹ 1300 ਕਿਲੋ ਦੇ ਕਰੀਬ ਸੀਗੀ, 1300 ਕਿਲੋ ਤੋਂ ਵੱਧ, ਜਿਹੜੀ ਕਿ ਪਿਛਲੇ 3 ਸਾਲ ਦੀ ਰਿਕਵਰੀ ਨਾਲੋਂ ਵੱਧ ਸੀਗੀ। ਅਸੀਂ BSF ਨਾਲ ਕਲੋਜ਼ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ ਕਿ ਜਿਹੜਾ ਸਾਡਾ ਬਾਰਡਰ ਹੈ ਜਿਹੜਾ 553 ਕਿਲੋਮੀਟਰ ਦਾ, ਉਹਨੂੰ ਪ੍ਰੋਪਰਲੀ ਸੀਲ ਕੀਤਾ ਜਾਵੇ, ਔਰ ਪ੍ਰਾਇਮਰੀ ਰਿਸਪੋਂਸੀਬਿਲਿਟੀ BSF ਦੀ ਹੈ, ਲੇਕਿਨ ਅਸੀਂ ਸੈਕਿੰਡ ਲਾਈਨ ਆਫ ਡਿਫੈਂਸ ਵੀ ਲਗਾਈ ਹੈ ਤਾਂ ਕਿ ਜਿਹੜੇ ਡਰੋਨ ਮੂਵਮੈਂਟ ਹੈ ਜਾਂ ਡਰੱਗਸ ਦੀ ਸਮਗਲਿੰਗ ਹੈ ਉਸ ਨੂੰ ਰੋਕਿਆ ਜਾ ਸਕੇ। ਸਰ, ਜਿਸ ਤਰ੍ਹਾਂ ਕੋਆਰਡੀਨੇਸ਼ਨ ਦੀ ਤੁਸੀਂ ਗੱਲ ਕੀਤੀ, ਨਸ਼ਾ ਤਸਕਰ ਫੜੇ ਗਏ ਨੇ, ਡਰੋਨ ਦੀ ਐਕਟੀਵਿਟੀਜ਼ ਨੂੰ ਲੈ ਕੇ ਕਈ ਚੁਣੌਤੀਜ਼ ਨੇ, ਚੈਲੰਜ ਨੇ, ਤੇ ਹੁਣ ਗੱਲ ਕਰੀਏ CCTV ਕੈਮਰੇ ਜਿਹੜੇ ਲਾਏ ਜਾ ਰਹੇ ਨੇ, ਹੋਰ ਵਿਲੇਜਸ ਕਮੇਟੀ ਜਿਹੜੀ ਆ ਉਹ ਬਣਾਈ ਗਈ ਹੈ, ਕੋਆਰਡੀਨੇਸ਼ਨ ਕੀਤਾ ਜਾ ਰਿਹਾ ਜਿਹੜੇ ਵੀ ਬਾਰਡਰਸ ਏਰੀਆ ਦੇ ਨਾਲ ਵਿਲੇਜ ਹੈ, ਤੁਹਾਨੂੰ ਲੱਗਦਾ ਹੈ ਕਿ ਉਹਦੇ 'ਤੇ ਕਾਫੀ ਕੁਝ ਮਦਦ ਮਿਲੂ? ਦੇਖੋ, ਪੰਜਾਬ ਪੁਲਿਸ ਦੀ ਇੱਕ ਪਾਲਿਸੀ ਹੈ ਕਿ ਜਿਹੜੇ ਡਰੱਗ ਦੇ ਯੂਜ਼ਰਸ ਨੇ ਉਹਨਾਂ ਨੂੰ ਉਸ ਤੋਂ ਹਟਾ ਕੇ ਉਹਨਾਂ ਨੂੰ ਰੀਹੈਬਿਲੀਟੇਟ ਕਰੀਏ, ਉਹਨਾਂ ਦਾ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਲਿਜਾ ਕੇ ਰੀਹੈਬਿਲੀਟੇਸ਼ਨ ਪਲਾਨ ਕਰੀਏ, ਜਿਹੜੇ ਸਪਲਾਇਰਸ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਜਿਹੜੇ ਵੱਡੇ ਤਸਕਰ ਹੈ ਉਹਨਾਂ ਦੀ ਪ੍ਰੋਪਰਟੀਜ਼ ਨੂੰ ਵੀ ਫੋਰਫੀਟ ਕੀਤਾ ਜਾਵੇ। ਔਰ ਮੈਂ ਦੱਸਣਾ ਚਾਹਾਂਗਾ ਕਿ ਪਿਛਲੇ 1 ਸਾਲ ਦੇ ਵਿੱਚ ਸਾਡੇ 100 ਤੋਂ ਵੱਧ ਕੇਸਿਸ ਦੇ ਵਿੱਚ ਅਸੀਂ ਪ੍ਰੋਪਰਟੀ ਫੋਰਫੀਚਰ ਦੇ ਕੇਸ ਬਣਾ ਕੇ ਅੰਡਰ NDPS ਭੇਜੇ ਹੋਏ। ਸੋ ਇਹ ਇੱਕ ਸਾਡੀ ਪਾਲਿਸੀ ਹੈ, ਇੱਕ ਸਾਡੀ ਐਂਟੀ ਡਰੱਗ ਕੈਂਪੇਨ ਅਸੀਂ ਚਲਾਈ ਹੈ ਤਾਂ ਕਿ ਲੋਕਾਂ ਦਾ ਸਹਿਯੋਗ ਸਾਨੂੰ ਮਿਲੇ, ਕਿਉਂਕਿ ਕੋਈ ਵੀ ਚੀਜ਼, ਕੋਈ ਵੀ ਮੂਵਮੈਂਟ ਬਿਨਾਂ ਲੋਕਾਂ ਦੇ ਸਹਿਯੋਗ ਦੇ ਸੰਭਵ ਨਹੀਂ ਹੈ। ਸੋ ਲੋਕਾਂ ਦਾ ਸਹਿਯੋਗ ਸਾਨੂੰ ਮਿਲੇ, ਲੋਕ ਅੱਗੇ ਆਉਣ ਔਰ ਇਹ ਡਰੱਗ ਤਸਕਰ ਔਰ ਡਰੱਗ ਪੈਡਲਰਸ ਦੇ ਜਿਹੜੀ ਇਨਫੋਰਮੇਸ਼ਨ ਹੈ ਸ਼ੇਅਰ ਕਰਨ। ਇਸੇ ਤਰ੍ਹਾਂ ਜਿਹੜਾ ਤੁਸੀਂ ਕੈਮਰਿਆਂ ਦਾ ਸਵਾਲ ਕੀਤਾ ਸੀਗਾ, ਪੰਜਾਬ ਸਰਕਾਰ ਵੱਲੋਂ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਸਾਨੂੰ 40 ਕਰੋੜ ਰੁਪਏ ਸੈਕਿੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕਰਨ ਲਈ ਦਿੱਤੇ ਗਏ ਆ, ਜਿਹਦੇ ਵਿੱਚੋਂ 20 ਕਰੋੜ ਰੁਪਏ ਅਸੀਂ ਸਟ੍ਰੈਟੇਜਿਕ ਲੋਕੇਸ਼ਨਸ 'ਤੇ ਕੈਮਰੇ ਲਗਾ ਰਹੇ ਹਾਂ, 10 ਕਰੋੜ ਰੁਪਏ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਔਰ 10 ਕਰੋੜ ਮੋਬਿਲਿਟੀ ਲਈ ਦਿੱਤੇ ਗਏ ਹਨ। ਲੱਗਦਾ ਤੁਹਾਨੂੰ ਕਿ ਫਰਕ ਪਏਗਾ ਕਾਫੀ ਚੀਜ਼ਾਂ ਨੂੰ ਲੱਗੇ, ਕਿਉਂਕਿ ਤੇਜ਼ੀ ਆ ਓਬਵੀਅਸ? ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਸਾਡੀ ਰਿਕਵਰੀ ਸ਼ੋਅ ਕਰ ਰਹੀਆਂ ਨੇ, 100 ਤੋਂ ਵੱਧ ਅਸੀਂ ਡਰੋਨਸ ਫੜੇ ਆ ਹੁਣ ਤੱਕ, 1300 ਕਿਲੋ ਤੋਂ ਵੱਧ ਹੀਰੋਇਨ ਦੀ ਰਿਕਵਰੀ ਹੋਈ ਹੈ ਜਿਹੜੀ ਬਾਰਡਰ ਤੋਂ ਪਾਰ ਹੋ ਕੇ ਆ ਰਹੀ ਹੈ, ਇਨਾਮ ਦੀ ਸਕੀਮਸ ਵੀ ਹੈ, ਇਹ ਸਾਰੀਆਂ ਚੀਜ਼ਾਂ ਔਰ ਜਿਹੜੀ ਵਿਲੇਜ ਡਿਫੈਂਸ
ਕਮੇਟੀਜ਼ ਬਣਾਈਆਂ, ਉਹਨਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ। ਸੋ ਇਹ ਕੁੱਲ ਮਿਲਾ ਕੇ ਇੱਕ ਸੁਖਾਵਾਂ ਮਾਹੌਲ ਪੈਦਾ ਹੋ ਰਿਹਾ ਹੈ ਔਰ ਲੋਕ ਸਾਡੇ ਨਾਲ ਖੜੇ ਹੋ ਰਹੇ ਆ ਤਾਂ ਕਿ ਇਹ ਜਿਹੜਾ ਡਰੱਗਸ ਦਾ ਕੋਡ ਹੈ ਇਹਨੂੰ ਜੜੋਂ ਉਖਾੜ ਕੇ ਫੇਕੀ। ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ, ਡਰੱਗਸ ਦੇ ਮੁੱਦੇ ਨੂੰ ਲੈ ਕੇ, ਗੈਂਗਸਟਰ ਦਾ ਜਿਹੜਾ ਲਗਾਤਾਰ ਐਂਟੀ ਗੈਂਗਸਟਰ ਟਾਸਕ ਫੋਰਸ ਇਨਕਾਊਂਟਰ ਕਰਦੀ ਨਜ਼ਰ ਆਈ, ਕਈ ਚੀਜ਼ਾਂ ਨੂੰ ਲੈ ਕੇ ਲਾਅ ਐਂਡ ਆਰਡਰ ਬਿਲਕੁਲ ਮੇਨਟੇਨ ਰੱਖਿਆ ਜਾਏਗਾ, ਇਹ ਸਾਫ਼ ਤੌਰ ਤੇ ਪੰਜਾਬ ਪੁਲਿਸ ਦਾ ਇੱਕ ਮਿਸ਼ਨ ਦੇ ਚਲਦੇ ਚਲ ਕੀਤਾ ਜਾ ਰਿਹਾ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਰਾਈਜ਼ਿੰਗ ਪੰਜਾਬ ਨੂੰ ਲੈ ਕੇ ਲਗਾਤਾਰ ਅੱਜ ਕੈਬਨਿਟ ਮਿਨਿਸਟਰ ਪਹੁੰਚੇ ਨੇ, ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਨੇ, ਸਾਡੇ ਨਾਲ ਡਾਕਟਰ ਬਲਕਾਰ ਜੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਈ ਚੀਜ਼ਾਂ ਨੂੰ ਲੈ ਕੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ, ਚਾਹੇ ਉਹ ਐਜੂਕੇਸ਼ਨ ਹੋਵੇ, ਹੈਲਥ ਹੋਵੇ, ਇੰਪਲੋਇਮੈਂਟ ਹੋਵੇ, ਕਈ ਚੀਜ਼ਾਂ ਨੂੰ ਲੈ ਕੇ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਅੱਗੇ ਦਾ ਰੋਡ ਮੈਪ ਜਾਂ ਇਨਫਰਾਸਟ੍ਰਕਚਰ ਕਿਸ ਤਰ੍ਹਾਂ ਦਾ ਕੰਮ ਕਰਨ ਵਾਲਾ ਹੈ? ਦੇਖੋ, ਰਾਈਜ਼ਿੰਗ ਪੰਜਾਬ ਦੀ ਗੱਲ ਚੱਲੀ ਹੈ ਤੋ ਸਾਹਿਬ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇੱਕ ਇਤਿਹਾਸਕ ਫੈਸਲੇ ਹੋਏ, ਜਿਨ੍ਹਾਂ ਨੇ ਕਾਨੂੰਨ ਦੇ ਦਾਇਰੇ ਦੇ ਫੈਸਲੇ ਕੀਤੇ, ਬੜੇ ਡੇਰਿੰਗ ਸਟੈਪਸ ਲਏ ਜਿਹੜੇ ਪੰਜਾਬ ਦੇ ਹਿੱਤ ਵਾਸਤੇ ਸੀ। ਜਿਵੇਂ ਕਿ ਤੁਸੀਂ ਲੈ ਲਓ ਮਹੱਲਾ ਕਲੀਨਿਕ, ਰੁਜ਼ਗਾਰ ਦੇਣਾ, ਔਰ ਇਸ ਤੋਂ ਇਲਾਵਾ ਜਿਹੜਾ ਸ਼ਹਿਰਾਂ ਦੀ ਡਿਵੈਲਪਮੈਂਟਸ ਦੇ ਕੰਮ ਦੀ ਲੈ ਲਓ, ਹਰ ਜਗ੍ਹਾ 'ਤੇ ਪ੍ਰੋਜੈਕਟ ਸਾਡੇ ਲੋਕਲ ਗਵਰਨਮੈਂਟ ਦੇ ਅੰਦਰ ਜਿਹੜੇ ਬੜੇ ਅੱਛੇ ਅੱਛੇ ਸਟੈਪਸ ਲਏ, ਔਰ ਤੁਸੀਂ ਰੁਜ਼ਗਾਰ ਦੀ ਗੱਲ ਲੈ ਲਓ, ਔਰ ਈਵਨ ਕਈ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਕਿ ਕਰੀਬ 10-10, 15-15 ਬੱਚੇ ਇੱਕ ਪਿੰਡ ਦੇ ਵਿੱਚੋਂ ਭਰਤੀ ਹੋਏ ਆ, ਔਰ ਇੰਨਾ ਲੋਕ ਖੁਸ਼ ਕਿ ਅੱਜ ਤੱਕ ਕਦੇ ਵੀ ਕਿਸੇ ਨੂੰ ਜੋਬ ਦੀ ਤਾਂ ਗੱਲ ਕਿੱਥੇ ਸੀਗੀ, ਬਹੁਤ ਬੁਰਾ ਹਾਲ ਸੀ, ਬੇਰੁਜ਼ਗਾਰੀ ਸੀਗੀ। ਸੋ ਰਾਈਜ਼ਿੰਗ ਪੰਜਾਬ ਦੇ ਅੰਦਰ ਜੋ ਮੁੱਖ ਮੰਤਰੀ ਸਾਹਿਬ ਦੇ ਸਟੈਪਸ ਹੈ, ਬੜੇ ਅੱਛੇ ਸਟੈਪਸ ਹੈ, ਔਰ ਪੰਜਾਬ ਦੇ ਅੰਦਰ ਬਿਜਲੀ ਦੇ ਬਿੱਲ ਜ਼ੀਰੋ ਲੈ ਲਓ, ਉਸ ਦੇ ਅੰਦਰ ਖਾਸ ਕਰਕੇ ਪੂਰੇ ਦੇਸ਼ ਦੇ ਅੰਦਰ ਇੱਕੋ ਇੱਕ ਪਾਰਟੀ ਹੈ ਜਿਹੜੀ ਜਾਤ ਪਾਤ ਤੇ ਧਰਮ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ, ਨਿਰਪੱਖਤਾ ਦੀ ਗੱਲ ਕਰਦੀ ਹੈ, ਸੈਕੂਲਰ ਸੋਚ ਦੀ ਪਾਰਟੀ ਹੈ। ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸੈਕੂਲਰ ਸੋਚ ਦੇ ਇਨਸਾਨ ਹੈ, ਔਰ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਮਾਨ ਸੈਕੂਲਰ ਸੋਚ ਦੇ ਇਨਸਾਨ ਹੈ, ਜਿਹੜੇ ਹਰ ਵਰਗ ਵਾਸਤੇ ਉਹਨਾਂ ਨੇ ਬਿਜਲੀ ਦੇ ਬਿੱਲ ਜਿਹੜੇ ਜ਼ੀਰੋ ਕੀਤੇ। ਔਰ ਪਿੰਡਾਂ ਦੇ ਵਿੱਚ ਤੁਸੀਂ ਚਲੇ ਜਾਓ, ਉਸ ਨੂੰ ਕਈ ਲੋਕ ਐਸੇ ਮਿਲਦੇ ਹੈ
ਜਿਹੜੇ ਕਹਿੰਦੇ ਕਿ ਅਸੀਂ ਜਨਰਲ ਭਾਈਚਾਰੇ ਦੇ ਵਿੱਚ ਸੰਬੰਧ ਰੱਖਦੇ ਹਾਂ, ਪਰ ਅੱਜ ਤੱਕ ਕਦੇ ਸਾਡੇ ਬਿੱਲ ਨਹੀਂ ਸੀ ਮਾਫ਼ ਹੋਏ, ਪਰ ਉਹਨਾਂ ਦੇ ਵੀ ਬਿੱਲ ਮਾਫ਼ ਹੋਏ। ਸੋ ਇਸ ਕਰਕੇ ਐਜੂਕੇਸ਼ਨ ਦੀ ਗੱਲ ਲੈ ਲਓ, ਪੂਰੇ ਪੰਜਾਬ ਦੇ ਅੰਦਰ ਸਕੂਲ ਆਫ ਐਮੀਨੈਂਸ ਬਣ ਰਹੇ ਆ, 117 ਵਿਧਾਨ ਸਭਾ ਹਲਕਿਆਂ ਦੇ ਨਮੂਨੇ ਦੇ ਸਕੂਲ ਹੈ, ਜਿਵੇਂ ਦਿੱਲੀ ਦੇ ਅੰਦਰ ਸਕੂਲ ਸੀ ਇਸੇ ਤਰ੍ਹਾਂ ਸਕੂਲ ਬਣਗੇ। ਜੇ ਸਕੂਲ ਠੀਕ ਹੋਣਗੇ, ਹੈਲਥ ਠੀਕ ਹੋਵੇਗੀ, ਤਾਂ ਹੀ ਬੱਚੇ ਜਿਹੜੇ ਉਹ ਨੌਕਰੀ 'ਤੇ ਲੱਗਣਗੇ, ਨੌਕਰੀ 'ਤੇ ਲੱਗਣਗੇ ਅਤੇ ਆਪਣੇ ਆਪ ਹੀ ਉਹਨਾਂ ਦਾ ਪਰਿਵਾਰ ਰਾਈਜ਼ਿੰਗ ਪੰਜਾਬ ਆਪਾਂ ਉਹਨੂੰ ਹੀ ਕਹਿ ਸਕਦੇ ਹਾਂ, ਔਰ ਇਸੇ ਤਰ੍ਹਾਂ ਹੀ ਜਿਹੜਾ ਬੱਚੇ ਅੱਗੇ ਵਧਣਗੇ ਪੰਜਾਬ ਦੀ ਡਿਵੈਲਪਮੈਂਟ ਹੋਵੇਗੀ। ਠੀਕ ਹੈ, ਤੇ ਬਿਲਕੁਲ ਜਿੱਦਾਂ ਸਾਹਿਬ ਨੇ ਦੱਸਿਆ ਕਿ ਲਗਾਤਾਰ ਐਜੂਕੇਸ਼ਨ ਦੇ ਨਾਲ ਨਾਲ, ਹੈਲਥ ਦੇ ਨਾਲ ਨਾਲ, ਇੰਪਲੋਇਮੈਂਟ ਦੇ ਨਾਲ, ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਹਾਲਾਂਕਿ ਆਮ ਆਦਮੀ ਕਲੀਨਿਕ ਦੀ ਅਸੀਂ ਗੱਲ ਕਰ ਲਈਏ, ਇਨਫਰਾਸਟ੍ਰਕਚਰ ਦੀ ਗੱਲ ਕਰ ਲਈਏ, ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ ਔਰ ਦਾਅਵਾ ਕਰਦੇ ਨਜ਼ਰ ਆ ਰਹੇ ਨੇ ਕਿ ਕਈ ਚੀਜ਼ਾਂ 'ਤੇ ਹੋਰ ਵੀ ਆਉਣ ਵਾਲੇ ਦਿਨਾਂ 'ਚ ਕੰਮ ਕੀਤਾ ਜਾਏਗਾ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।